ਮਤਲਬ ਸਤਿਗੁਰ ਦੇ ਬੰਦੀ ਛੋੜ ਮਹਾਰਾਜ ਕੀ ਜੈ ਸਰਬ ਸੰਤੋਂ ਕੀ ਜੈ ਸਨਾਤਨ ਧਰਮ ਕੀ ਜੈ ਉਮਾਪਤੀ ਮਹਾਦੇਵ ਕੀ ਜੈ ਸਰਬ ਸੰਤੋਂ ਕੀ ਜੈ ਸ੍ਰੀ ਨਾਰਦ ਮਹਾਰਾਜ ਕੀ ਜੈ ਦੁਰਗੇ ਮਾਤਾ ਕੀ ਜੈ ਸ਼ਿਆਪਤੀ ਰਾਮ ਪਿੰਡ ਮਹਾਰਾਜ ਕੀ ਜੈ ਸਤਿਗੁਰ ਪਿਆਰੇ ਮਹਾਰਾਜ ਕੀ ਜੈ ਸਤਿਗੁਰ ਪਿਆਰੇ ਮਹਾਰਾਜ ਕੀ ਜੈ ਅੱਜ ਤਰੀਕ 14 ਜੁਲਾਈ ਹੈ ਅਸੀਂ 14 ਜੁਲਾਈ ਨੂੰ ਸੰਕ੍ਰਾਂਤੀ ਮਨਾਉਣ ਲੱਗੇ ਹਾਂ ਇਹ ਸੰਕ੍ਰਾਂਤੀ ਵੈਸੇ 16 ਜੁਲਾਈ ਦੀ ਪਰ ਅਸੀਂ 14 ਨੂੰ ਮਨਾਉਣ ਲੱਗੇ ਹਾਂ ਕਿਉਂਕਿ 15 ਜੁਲਾਈ ਨੂੰ ਅਸੀਂ 3-4 ਗੱਡੀਆਂ ਲੈ ਕੇ ਨਾਲ ਦਰਬਾਰ ਸਾਹਿਬ ਬਾਕੀ ਦਾ ਸਮਾਨ ਨਾਲ ਲੈ ਕੇ ਬਿਕਰੀ 16 ਜੁਲਾਈ ਨੂੰ ਸੰਕ੍ਰਾਂਤ 16 ਜੁਲਾਈ ਨੂੰ ਬਿਕਰੀ ਜਿਹੜੇ ਆਪਣਾ ਅਖੰਡ ਪਾਠ ਰੱਖਣੇ ਪਹਿਲੇ ਚਰਨ ਦੇ ਉੱਥੇ 16 ਜੁਲਾਈ ਨੂੰ ਰੱਖ ਕੇ 18 ਨੂੰ 26 ਅਖੰਡ ਪਾਠ ਫਿਰ 18 ਜੁਲਾਈ ਨੂੰ ਰੱਖ ਕੇ 20 ਨੂੰ 26 ਅਖੰਡ ਪਾਠ ਇਸ ਤਰ੍ਹਾਂ ਕਰਕੇ 52 ਅਖੰਡ ਪਾਠ ਕਰਨੇ 20 ਜੁਲਾਈ ਨੂੰ ਸੰਪੂਰਨ ਹੋਣੇ 21 ਜੁਲਾਈ ਨੂੰ ਜੀ ਵਿਆਸ ਪੂਜਾ ਮਹਾਰਾਜ ਛੁੱਟੀਆਂ ਮਨਾਉਣੀ 20 ਜੁਲਾਈ ਸ਼ਾਮ ਨੂੰ ਮਨਾਉਣ ਦੀ ਵਿਆਸ ਆ ਗਿਆ ਇਸ ਕਰਕੇ ਸੰਕ੍ਰਾਂਤੀ ਮਨਾਉਣ ਲੱਗੇ ਹਾਂ 14 ਤਰੀਕ ਨੂੰ ਕਿਉਂਕਿ 16 ਨੂੰ ਅਸੀਂ ਪਾਠ ਸ਼ੁਰੂ ਕਰਨੇ ਹੈ ਅਤੇ 14 ਨੂੰ ਮਨਾ ਲੈਣੀ 15 ਨੂੰ ਉੱਥੇ ਨੂੰ ਚਲੇ ਜਾਣਾ ਸੰਕ੍ਰਾਂਤੀ ਵਾਲਾ ਦਿਨ ਵਿਸ਼ੇਸ਼ ਜਗ੍ਹਾ ਹੋਣਾ ਸੰਕ੍ਰਾਂਤੀ ਮਹੀਨਾ ਜਿਹੜਾ ਸਾਵਣ ਦਾ ਸ਼ੁਰੂ ਹੋ ਗਿਆ ਮੈਨੂੰ ਕੀਤਾ ਮਹੀਨਾ ਕਈ ਵਾਰ ਮੈਨੂੰ ਭੁੱਲ ਜਾਂਦਾ ਸੰਕ੍ਰਾਂਤੀ ਹੈ ਸਾਉਣ ਦਾ ਮਹੀਨਾ ਸ਼ੁਰੂ ਹੋ ਗਿਆ ਮਹਾਰਾਜ ਜੀ ਆਪਣੀ ਕਿਰਪਾ ਦ੍ਰਿਸ਼ਟੀ ਰੱਖਣ ਸੁੱਖ ਸ਼ਾਂਤੀ ਰੱਖਣ ਖੂਬ ਖਵਾਓ ਖੂਬ ਖਾਓ ਆਪ ਖਾਓ ਆਪਣੇ ਬੱਚਿਆਂ ਨੂੰ ਖਵਾਓ ਲੇਕਿਨ ਚੀਜ਼ਾਂ ਆਪਣੀ ਉਹ ਖਾਓ ਜੋ ਬੰਦੇ ਵਾਸਤੇ ਕਿਹਾ ਗਿਆ ਬੱਚਿਆਂ ਨੂੰ ਵੀ ਉਹੀ ਖਵਾਓ ਜੋ ਕਿ ਬੰਦੇ ਦੇ ਵਾਸਤੇ ਖਾਣ ਵਾਸਤੇ ਕਿਹਾ ਗਿਆ ਸੇਵਾ ਕਰੋ ਸਿਮਰਨ ਕਰੋ ਤੁਹਾਡੇ ਨਾਲ ਤੁਹਾਡੇ ਬੱਚਿਆਂ ਨੂੰ ਵੀ ਲੱਗ ਲੱਗ ਜਾਣੀ ਨਹੀਂ ਤੁਹਾਡਾ ਵੀ ਭਲਾ ਹੋ ਜਾਣਾ ਤੁਹਾਡੇ ਬੱਚਿਆਂ ਦਾ ਵੀ ਭਲਾ ਹੋ ਜਾਣਾ ਜੇ ਬੱਚੇ ਇਸੇ ਤਰ੍ਹਾਂ ਜੁੜੇ ਰਹੇ ਪੁਰਸ਼ ਦਾ ਪੁਰਸ਼ ਤੁਹਾਡਾ ਭਲਾ ਹੋਣਾ ਤੁਹਾਡੀ ਰੱਖਿਆ ਹੋਣੀ ਲੋਕ ਦਾ ਵੀ ਜਸ਼ ਬਣਨਾ ਪਟੋਕ ਦਾ ਵੀ ਜਸ਼ ਬਣਨਾ ਇਸ ਕਰਕੇ ਸੇਵਾ ਕਰੋ ਸਿਮਰਨ ਕਰੋ ਸਤਿਗੁਰ ਦੇ ਨੂੰ ਯਾਦ ਕਰੋ ਦੁਬਾਰਾ ਫਿਰ ਸੁਣਾ ਦਿੰਦਾ 14 ਜੁਲਾਈ ਹੈ ਸੰਕ੍ਰਾਂਤੀ ਅਸੀਂ ਅੱਜ ਮਨਾਉਣ ਲੱਗੇ ਹਾਂ 14 ਜੁਲਾਈ ਨੂੰ ਕਿ ਅਗਲੇ ਫਿਰ 16 ਜੁਲਾਈ ਨੂੰ ਅਸੀਂ ਬੀਤਣਾ ਮਹੀਨਾ ਸਾਵਣ ਦਾ ਸ਼ੁਰੂ ਹੋ ਗਿਆ ਬੋਲੋ ਸਤਿਗੁਰ ਦੇ